biggest South Asian media group. Why Media? आ, आ। Why Media Group ਨੂੰ ਤੁਹਾਡੇ ਸਾਰਿਆਂ ਦਾ ਚੈਨਲ Why ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਟਰ Why Media ਮੈਂ ਯੂਦਰ ਜੀ ਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਕੈਨੇਡਾ ਦੇ ਜਿਹੜੇ ਹੈਲਥ ਮਿਨਿਸਟਰ ਨੇ ਮਾਰਕ ਹੌਲੈਂਡ ਉਹਨਾਂ ਨੇ ਬਹੁਤ ਦੇਰ ਤੋਂ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਡਿਟੇਲ ਸਾਂਝੀਆਂ ਕੀਤੀਆਂ ਨੇ ਫਾਰਮਾ ਕੇਅਰ ਪਲਾਨ ਦੀਆਂ ਕੈਨੇਡਾ ਦਾ ਜਿਹੜਾ ਇਹ ਫਾਰਮਾ ਕੇਅਰ ਪਲਾਨ ਆਖਿਰਕਾਰ ਹੈ ਕੀ ਚੀਜ਼ ਹੈ ਦੇ ਕੋਈ ਇਵੈਂਚੁਅਲੀ ਤੇ ਮਨਿਸਟਰ ਜਿਹੜੇ ਨੇ ਮਾਰਕ ਹੌਲੈਂਡ ਹੈਲਥ ਮਨਿਸਟਰ ਉਹਨਾਂ ਨੇ ਕਿਹਾ ਹੈ ਕਿ ਟਾਰਗੇਟ ਤੇ ਹੈਗਾ ਹੈ ਕਿ ਯੂਨੀਵਰਸਲ ਫਾਰਮਾ ਕੇਅਰ ਪਲਾਨ ਇਹ ਕੀ ਹੈਗਾ ਇਸ ਦੇ ਮੁਤਾਬਿਕ ਜਦੋਂ ਹੁਣ ਹੁੰਦਾ ਕੀ ਹੈ ਕਿ ਜਦੋਂ ਕੋਈ ਹਸਪੀਟਲ ਦੇ ਵਿੱਚ ਐਡਮਿਟ ਹੁੰਦਾ ਹੈ ਤੇ ਉਹਨਾਂ ਦਾ ਇਲਾਜ ਤੇ ਹੋ ਜਾਂਦਾ ਹੈ ਲੇਕਿਨ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਹਦੇ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਆ ਸੋ ਸਰਕਾਰ ਇਹ ਚਾਹੁੰਦੀ ਹੈ ਕਿ ਜ਼ਿਆਦਾ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਕਵਰ ਕਰ ਦੇਵੇ ਤਾਂ ਕਿ ਤੁਹਾਨੂੰ ਦਵਾਈਆਂ ਦੇ ਜਾਂ ਟ੍ਰੀਟਮੈਂਟ ਦਾ ਕੋਈ ਵੀ ਪੈਸਾ ਨਾ ਦੇਣਾ ਪਏ ਇਹ ਤੇ ਇਵੈਂਚੁਅਲੀ ਗੋਲ ਹੈ ਸੇ ਫਾਰ ਐਗਜ਼ਾਮਪਲ ਹੁਣ ਸ਼ੁਰੂਆਤ ਕਿੱਥੋਂ ਕੀਤੀ ਹੈ ਸਰਕਾਰ ਨੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਾਇਬੀਟਿਸ ਅਸੀਂ ਸਾਰੇ ਜਾਣਦੇ ਆ ਅਸੀਂ ਆਮ ਕਹਿ ਦਿੰਦੇ ਆ ਕਿ ਜੀ 슈ਗਰ ਹੋ ਗਈ ਹੈ ਜਾਂ ਡਾਇਬੀਟਿਸ ਹੋ ਗਈ ਹੈ ਸੋ ਉਹਦੇ ਵਾਸਤੇ ਜਿਹੜੀਆਂ ਦਵਾਈਆਂ ਨੇ ਸਰਿੰਜਸ ਨੇ ਜਾਂ ਜਿਹੜੀਆਂ ਸਟ੍ਰਿਪਸ ਆਉਂਦੀਆਂ ਨੇ ਟੈਸਟ ਕਰਨ ਵਾਸਤੇ ਉਹ ਬੜੇ ਮਹਿੰਗੀਆਂ ਨੇ ਸੋ ਕੈਨੇਡਾ ਦੇ ਵਿੱਚ ਅੱਜ ਗੱਲ ਕਰੀਏ ਕਿੰਨੇ ਕੁ ਲੋਕਾਂ ਨੂੰ ਇਹ ਜਿਹੜੀ ਡਾਇਬੀਟਿਸ ਹੈਗੀ ਆ ਜੇਸੀਂ ਸਾਰੇ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਪਰ ਦੇ ਵਿੱਚ 40 ਮਿਲੀਅਨ ਦੀ ਪੋਪੂਲੇਸ਼ਨ ਹੈ 40 ਮਿਲੀਅਨ ਦੇ ਵਿੱਚੋਂ ਤਕਰੀਬਨ 4 ਮਿਲੀਅਨ ਲੋਗਾਂ ਨੂੰ ਡਾਇਬੀਟੀਜ਼ ਹੈ 4 ਮਿਲੀਅਨ ਮਤਲਬ 40 ਲੱਖ ਲੋਗਾਂ ਨੂੰ ਡਾਇਬੀਟੀਜ਼ ਹੈ ਹੁਣ ਹੋ ਕੀ ਰਿਹਾ ਹੈ ਕਿ 40 ਲੱਖ ਦੇ ਵਿੱਚੋਂ ਤਕਰੀਬਨ ਤਕਰੀਬਨ 10 ਲੱਖ ਐਸੇ ਲੋਕ ਨੇ 4 ਮਿਲੀਅਨ ਦੇ ਵਿੱਚੋਂ ਤਕਰੀਬਨ 1 ਮਿਲੀਅਨ ਲੋਕ ਐਸੇ ਨੇ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਕਿਉਂਕਿ ਡਾਇਬੀਟੀਜ਼ ਦੇ ਉੱਤੇ ਖਰਚਾ ਬੜਾ ਹੁੰਦਾ ਸੋ ਇਹਦੇ ਕਾਰਨ ਉਹ ਕਹਿੰਦੇ ਆ ਜੀ ਕਿ ਅਸੀਂ ਕਈ ਵਾਰ ਪ੍ਰੋਪਰਲੀ ਆਪਣਾ ਇਲਾਜ ਨਹੀਂ ਕਰ پا ਰਹੇ ਆ ਹੁਣ ਕੈਨੇਡਾ ਦੇ ਜਿਹੜੇ ਹੈਲਥ ਮਿਨਿਸਟਰ ਨੇ ਮਾਰਕ ਹੌਲੈਂਡ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤਾ ਹੈ ਕਿ ਬਈ ਇਹ ਤੇ ਠੀਕ ਗੱਲ ਨਹੀਂ ਹੈ ਕੈਨੇਡਾ ਦੇ ਵਿੱਚ ਕਿਉਂਕਿ ਜੇ ਤੁਹਾਡੀ ਡਾਇਬੀਟੀਜ਼ ਵੱਧ ਜਾਂਦੀ ਹੈ ਤਾਂ ਇਹਦੇ ਨਾਲ ਹਾਰਟ ਅਟੈਕ ਹੋ ਸਕਦਾ ਹੈ ਸਟ੍ਰੋਕ ਹੋ ਸਕਦਾ ਹੈ ਕਈ ਵਾਰ ਕੋਈ ਸਰੀਰ ਦੇ ਕੋਈ ਅੰਗ ਜਿਹੜੇ ਨੇ ਉਹ ਵੀ ਕੱਟਨੇ ਪੈ ਜਾਂਦੇ ਨੇ ਸੋ ਡਾਇਬੀਟੀਜ਼ ਨੂੰ ਟ੍ਰੀਟ ਕਰਨਾ ਬੜਾ ਜ਼ਰੂਰੀ ਹੈ ਔਰ ਜੇ ਲੋਕ ਇਹਨੂੰ ਨਹੀਂ ਅਫੋਰਡ ਕਰ پا ਰਹੇ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਫਾਰਮਾਕੇਅਰ ਡੀਲ ਦੇ ਤਹਿਤ ਅਸੀਂ ਤੁਹਾਨੂੰ ਇਹਦਾ ਫਾਇਦਾ ਕਰਾਵਾਂਗੇ ਸੋ ਕੈਨੇਡਾ ਦੇ ਵਿੱਚ ਡਾਇਬੀਟਿਸ ਦੇ ਨਾਲ ਜਿਹੜੇ ਲੋਕ 4 ਮਿਲੀਅਨ ਲੋਕ ਆ ਉਹਨਾਂ ਨੂੰ ਤਾਂ ਇਮੀਡੀਏਟ ਰੀਲੀਫ ਮਿਲ ਸਕੇਗਾ ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਹੁਣ ਸਪੋਰਟ ਕਰੇਗੀ ਜਿਹੜੀਆਂ ਦਵਾਈਆਂ ਨੇ ਸਰਿੰਜਸ ਨੇ ਜਿਹੜੀਆਂ ਸਟ੍ਰਿਪਸ ਚਾਹੀਦੀਆਂ ਹੁੰਦੀਆਂ ਡਾਇਬੀਟਿਸ ਚੈੱਕ ਕਰਨ ਲਈ ਐਸੀਆਂ ਚੀਜ਼ਾਂ ਸਰਕਾਰ ਹੁਣ ਉਹਦਾ ਪੈਸਾ ਸਰਕਾਰ ਦੇਗੀ ਹੁਣ ਇਹ ਹੋਏਗਾ ਕਦੋਂ ਔਰ ਕਿੱਦਾਂ ਹੋਏਗਾ ਹਜੇ ਤਾਂ ਇਹ ਜਿਹੜਾ ਬਿੱਲ ਹੈ ਪਾਰਲੀਮੈਂਟ ਦੇ ਵਿੱਚ ਪੇਸ਼ ਹੋਏਗਾ ਇਹਦੀਆਂ ਡਿਟੇਲਸ ਹਜੇ ਦਿੱਤੀਆਂ ਗਈਆਂ ਨੇ ਔਰ ਇਹਦੇ ਵਿੱਚ ਹਜੇ ਇਕੱਲਾ ਡਾਇਬੀਟਿਸ ਨਹੀਂ ਐ ਇੱਕ ਚੀਜ਼ ਹੋਰ ਵੀ ਐ ਮੈਂ ابھی ਤੁਹਾਨੂੰ ਸ਼ੇਅਰ ਕਰਦਾ ਹਾਂ ਉਹ ਹੈਗੀ ਹੈ ਕਿ ਕੌਂਟਰਾਸੈਪਟਿਵ ਜਿਹੜੀ ਡਿਵਾਈਸਿਸ ਨੇ ਉਹ ਮਿਲਣਗੇ ਹੁਣ ਕੀ ਚੀਜ਼ ਹੁੰਦੀਆਂ ਨੇ ਕੌਂਟਰਾਸੈਪਟਿਵ ਪिल्स ਲੈ ਲਓ ਕਿ ਜਿਸ ਤਰ੍ਹਾਂ ਯੰਗ ਜਿਹੜੇ ਬੱਚੇ ਨੇ ਜੇ ਉਹ ਨਹੀਂ ਚਾਹੁੰਦੇ ਕਿ ਅਨਵਾਂਟਡ ਪ੍ਰੈਗਨੈਂਸੀ ਜਿਹਨੂੰ ਕਿਹਾ ਜਾਂਦਾ ਹੈ ਕਿ ਹੋਵੇ ਤੇ ਫਿਰ ਉਹ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਾਰਮੇਸੀਜ਼ ਦੇ ਵਿੱਚ ਅਵੇਲੇਬਲ ਹੈ ਜਿਸ ਤਰ੍ਹਾਂ ਫਰਜ ਕਰ ਲਓ ਕਿ ਪिल्स ਅਵੇਲੇਬਲ ਹੈ ਸੋ ਜੇ ਫਰਜ ਕਰ ਲਓ ਕੋਈ ਜਿਹੜੇ ਯੰਗ ਬੱਚੇ ਬੱਚੀਆਂ ਨੇ ਉਹ శਰੀਰੀਕ ਸੰਬੰਧ ਬਣਾਉਂਦੇ ਨੇ ਤੇ ਉਹਦੇ ਵਾਸਤੇ ਉਹਨਾਂ ਨੂੰ ਕੌਂਟ੍ਰੈਸੈਪਟਿਵ ਪਿਲਸ ਮਿਲ ਜਾਂਦੀ ਹੈ ਕਿ ਗੋਲੀ ਹੈ ਉਹਦੇ ਨਾਲ ਅਨਵਾਂਟਡ ਪ੍ਰੈਗਨਸੀ ਜਿਹੜੀ ਹੈ ਉਹ ਨਹੀਂ ਹੋਏਗੀ ਸੋ ਉਹ ਵੀ ਖਰੀਦਣੀ ਪੈਂਦੀ ਹੈ ਇਸ ਵੇਲੇ ਉਹ ਫਾਰਮਾਕਰ ਦੇ ਅੰਦਰ ਉਹ ਨਹੀਂ ਹੈ ਸੋ ਉਹਦੇ ਨਾਲ ਫਿਰ ਨੁਕਸਾਨ ਕਈ ਵਾਰ ਫਿਰ ਅਨਵਾਂਟਡ ਪ੍ਰੈਗਨਸੀ ਹੋ ਜਾਂਦੀ ਹੈ ਕਿ ਚਲੋ ਪੈਸਾ ਨਹੀਂ ਖਰਚ ਕਰਨਾ ਪਏ ਕਿਉਂਕਿ ਯੰਗ ਬੱਚੇ ਨੇ ਕਈ ਵਾਰ ਉਹ ਥੋੜੀ ਪੈਸੇ ਨਹੀਂ ਖਰਚ ਕਰਨਾ ਚਾਹੁੰਦੇ ਸੋ ਸਰਕਾਰ ਕਹਿੰਦੀ ਹੈ ਕਿ ਉਹ ਵੀ ਅਸੀਂ ਕਵਰ ਕਰ ਦੇਾਂਗੇ ਔਰ ਸਰਕਾਰ ਨੇ ਅਨੁਮਾਨ ਲਗਾਇਆ ਕਿ ਤਕਰੀਬਨ 9 ਮਿਲੀਅਨ ਜਿਹੜੇ ਲੋਕ ਨੇ ਕੈਨੇਡੀਅਨਸ ਨੇ ਉਹਨਾਂ ਨੂੰ ਇਹਦਾ ਫਾਇਦਾ ਹੋਏਗਾ 9 ਮਿਲੀਅਨ ਕਿਉਂ ਕੰਟ੍ਰੈਸੈਪਟਿਵ ਪਿਲਸ ਨੇ ਜਾਂ ਹੋਰ ਐਸੀਆਂ ਜਿਹੜੀਆਂ ਮੈਡੀਸਿਨਸ ਨੇ ਉਹ ਕਹਿੰਦੇ ਜੀ ਅਸੀਂ ਫ੍ਰੀ ਕਰ ਦੇਵਾਂਗੇ ਕੋਈ ਗੋਲੀਆਂ ਜਾਂ ਕੋਈ ਵੀ ਐਸੀ ਐਪਿਲਸ ਨੇ ਉਹ ਮੈਡੀਸਿਨਸ ਤੇ ਅਸੀਂ ਫ੍ਰੀ ਕਰ ਦੇਵਾਂਗੇ ਸਰਕਾਰ ਦਾ ਇਹ ਕਹਿਣਾ ਹੈ ਹੁਣੇ ਦੋ ਚੀਜ਼ਾਂ ਸਰਕਾਰ ਜਿਹੜੀ ਹੈ ਉਹ ਪ੍ਰੋਵਾਈਡ ਕਰੇਗੀ ਫੈਡਰਲ ਸਰਕਾਰ ਇਹਦਾ ਪੈਸਾ ਦੇਗੀ ਕਿੱਦਾਂ ਦੇਗੀ ਕਦੋਂ ਦੇਗੀ ਇਹਦੀ ਮੈਂ ਡਿਟੇਲ ਤੁਹਾਨਾਂ ਨਾਲ ਹੁਣੇ ਸ਼ੇਅਰ ਕਰ ਦਿੰਨਾ ਹਜੇ ਤੇ ਡਾਇਬੀਟਿਸ ਦੇ ਵਾਸਤੇ ਔਰ ਇਹ ਕੰਟ੍ਰੈਸੈਪਟਿਵ ਪਿਲਸ ਜਿਹੜੀਆਂ ਨੇ ਮੈਡੀਸਿਨਸ ਨੇ ਇਹਦੇ ਦੋ ਚੀਜ਼ਾਂ ਵਾਸਤੇ ਸਰਕਾਰ ਨੇ ਕਿਹਾ ਸੋ so, 4 ਮਿਲੀਅਨ ਲੋਕ ਜਿਨ੍ਹਾਂ ਨੂੰ ਡਾਇਬੀਟਿਸ ਆ ਉਹ ਕਹਿੰਦੇ ਉਹ ਕਵਰ ਹੋ ਜਾਣਗੇ ਇਹਦੇ ਵਿੱਚ 9 ਮਿਲੀਅਨ ਕੈਨੇਡੀਅਨਸ ਨੂੰ ਰਫਲੀ ਫਾਇਦਾ ਹੋਏਗਾ ਜਿਨ੍ਹਾਂ ਨੂੰ ਕਿ ਕੌਂਟ੍ਰਾਸੈਪਟਿਵ ਪिल्स ਜਾਂ ਹੋਰ ਮੈਡੀਸਿਨਸ ਮਿਲਣਗੀਆਂ ਲੇਕਿਨ ਸਰਕਾਰ ਨੇ ਕਿਹਾ ਕਿ ਪਹਿਲਾਂ ਅਸੀਂ ਇਹ ਪਾਰਲੀਮੈਂਟ ਦੇ ਵਿੱਚ ਸਟੇਬਲ ਕਰਾਂਗੇ ਮੋਸਟ ਲਾਈਕਲੀ ਪਾਸ ਹੋ ਜਾਏਗਾ ਕਿਉਂਕਿ ਐਨ ਡੀ ਪੀ ਨੇ ਤਾਂ ਪਹਿਲਾਂ ਹੀ ਕਿਹਾ ਉਹ ਤਾਂ ਕਹਿੰਦੇ ਯੂਨੀਵਰਸਲ ਫਾਰਮਾ ਕੇਅਰ ਕਰ ਦੋ ਡੈਂਟਲ ਵੀ ਮਤਲਬ ਹੈਡ ਟੂ ਟੂ ਉਹ ਕਹਿੰਦੇ ਸਿਰ ਤੋਂ ਲੈ ਕੇ ਪੈਰ ਤੱਕ ਜਿਹੜੀਆਂ ਵੀ ਕੋਈ ਦਵਾਈਆਂ ਨੇ ਕੋਈ ਜ਼ਰੂਰਤਾਂ ਨੇ ਐਨ ਡੀ ਪੀ ਕਹਿੰਦੀ ਹੈ ਜੀ ਉਹ ਸਾਰੀ ਫੈਡਰਲ ਸਰ ਹੁਣ ਕਾਫੀ ਚੀਜ਼ਾਂ ਦਾ ਫੈਡਰਲ ਸਰਕਾਰ ਪਹਿਲਾਂ ਹੀ ਪੈਸਾ ਦੇ ਰਹੀ ਹੈ ਜਦੋਂ ਸਾਰਾ ਕੁਝ ਦੇਣਗੇ ਉਹ ਤਾਂ ਮਲਟੀ ਬਿਲੀਅਨ ਡਾਲਰ ਹੋਏਗਾ ਹੁਣ ਸਰਕਾਰ ਕਹਿੰਦੀ ਹੈ ਜੀ ਪਹਿਲਾਂ ਇਹ ਦੋ ਜਿਹੜੇ ਅਸੀਂ ਸੈਕਸ਼ਨ ਚ ਦੇ ਰਹੇ ਆ ਕਿ ਡਾਇਬੀਟਿਸ ਦੀਆਂ ਦਵਾਈਆਂ ਔਰ ਕੰਟਰੈਪਟਿਵ ਪਿਲਸ ਪਹਿਲਾਂ ਇਹ ਤਾਂ ਸ਼ੁਰੂਆਤ ਤਾਂ ਕਰੀਏ ਕਿਤੋਂ ਹੁਣ ਇਹ ਪਾਰਲੀਮੈਂਟ ਦੇ ਵਿੱਚ ਬਿਲ ਟੇਬਲ ਹੋ ਰਿਹਾ ਹੈ ਲਿਬਰਲ ਪਾਰਟੀ ਲੈ ਕੇ ਆ ਰਹੀ ਹੈ ਸਪੋਰਟ ਕਰੇਗੀ ਐਨਡੀਪੀ ਵੀ ਮੋਸਟ ਲਾਈਕਲੀ ਉਹ ਸਪੋਰਟ ਕਰੇਗੀ ਕਰੇਗੀ ਤੇ ਪਾਸ ਹੋ ਜਾਏਗਾ ਤੇ ਫੈਡਰਲ ਸਰਕਾਰ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਵਿੱਚ ਕਿਤੇ ਨਾ ਕਿਤੇ ਇਹਦੀ ਸ਼ੁਰੂਆਤ ਜਿਹੜੀ ਹੈ ਐਗਜ਼ੈਕਟ ਡੇਟ ਤੇ ਉਹਨਾਂ ਨਹੀਂ ਦਿੱਤੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਲੇਕਿਨ ਕਹਿੰਦੇ ਕਿ ਇਸ ਸਾਲ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੁਰੂ ਹੋ ਜਾਏਗਾ ਹੁਣ ਫੈਡਰਲ ਸਰਕਾਰ ਕੀ ਕਰੇਗੀ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀਆਂ ਹੈਗੀਆਂ ਨੇ ਪ੍ਰੋਵਿੰਸ਼ੀਅਲ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਗੱਲ ਕਰੇਗੀ ਕਿ ਅਸੀਂ ਤੁਹਾਨੂੰ ਫੰਡ ਕਰਦੇ ਹਾਂ ਪੈਸੇ ਅਸੀਂ ਦਵਾਂਗੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਅੱਗੇ ਇਹ ਫ੍ਰੀ ਜਿਹੜੀਆਂ ਇਹ ਤੁਸੀਂ ਜਿਸ ਤਰ੍ਹਾਂ ਅਸੀਂ ਕਈ ਵਾਰ ਸਵਾਲ ਅਸੀਂ ਜਨਰਲ ਕਰ ਲਏ ਨੇ ਜੀ ਇਹ ਸਾਡੇ ਹੈਲਥ케ਅਰ ਦੇ ਵਿੱਚ ਕਵਰ ਚੀਜ਼ਾਂ ਜਿਹੜੀਆਂ ਨੇ ਉਹ ਕਵਰਡ ਹੋ ਜਾਣਗੀਆਂ ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ